ਕਿ ਬਹੁਤ ਹਾਦਸਾ ਵਿੱਚ ਅੱਜ ਮੌਨਸੂਨ ਦੀ ਪਹਿਲੀ ਬਾਰਿਸ਼ ਸੀ ਜਿਸ ਨੇ ਆਪਣੇ ਬਹੁਤ ਰੌਂਦਰ ਰੂਪ ਦਿਖਾਇਆ ਹੋਇਆ ਮਾਨਸਾ ਵਾਲਿਆਂ ਨੂੰ। ਵੈਸੇ ਤਾਂ ਮਾਨਸਾ ਵਿੱਚ ਸੀਵਰੇਜ ਦੇ ਪਾਣੀ ਨੇ ਬਹੁਤ ਗੰਦਾ ਰੂਪ ਧਾਰਿਆ ਹੋਇਆ, ਜਿਸ ਮਰਜ਼ੀ ਰੋਡ 'ਤੇ ਚਲ ਜਾਓ ਇਕੱਲਾ ਸੀਵਰੇਜ ਦਾ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਔਰ ਉਸ ਤੋਂ ਲੋਕ ਪਰੇਸ਼ਾਨ ਬਹੁਤ ਹਨ। ਪਰ ਉਸ ਦੇ ਨਾਲ ਹੀ ਪ੍ਰਸ਼ਾਸਨ ਨੇ ਕੋਈ ਵਧੀਆ ਕੰਮ ਨਹੀਂ ਕੀਤਾ ਸੀਵਰੇਜ ਦਾ, ਆਪਣੇ ਇਸ ਬਾਰਿਸ਼ ਦੇ ਪਾਣੀ ਦਾ ਕੋਈ ਨਿਕਾਸੀ ਨਹੀਂ ਹੈਗੀ। ਜੇ ਆਪਾਂ ਦੇਖੀਏ ਬੱਸ ਸਟੈਂਡ 'ਤੇ ਮੇਰੇ ਘਰ ਲੱਕ ਤੋਂ ਉੱਤੇ ਉੱਤੇ ਪਾਣੀ ਹੈ ਔਰ ਮੈਂ ਸਿਨੇਮਾ ਰੋਡ 'ਤੇ ਖੜ੍ਹਾ, ਮੇਰੇ ਵੀ ਗੋਡਿਆਂ ਤੋਂ ਉੱਪਰ ਉੱਪਰ ਪਾਣੀ ਹੈ, ਦੁਕਾਨਾਂ ਵਿੱਚ ਪਾਣੀ ਵੜ ਰਿਹਾ ਹੈ। ਪ੍ਰਸ਼ਾਸਨ ਵੱਲ ਕੋਈ ਮਤਲਬ ਕਿ ਚੰਗਾ ਧਿਆਨ ਨਹੀਂ ਦੇ ਰਿਹਾ ਹੈ, ਦੁਕਾਨਦਾਰਾਂ ਦਾ ਘਰੋਂ ਨਿਕਲਣਾ ਬੰਦ ਹੋਇਆ ਪਿਆ ਹੈਗਾ ਇੰਨੀ ਬਾਰਿਸ਼ ਦੇ ਵਿੱਚ। ਇਸ ਕਰਕੇ ਮੇਰੇ ਖਿਆਲ ਕਾਫੀ ਵੱਡਾ ਨੁਕਸਾਨ ਹੋਣ ਦੀ ਆਸ ਹੈ ਮਾਨਸਾ ਵਿੱਚ ਅੱਜ ਦੇ ਤਰੀਕ ਵਿੱਚ। ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਨੂੰ ਚਾਹੀਦਾ ਵੀ ਇਹ ਜਿਹੜੇ ਸੀਵਰੇਜ ਬੰਦ ਹੋਏ ਪਏ ਨੇ ਇਹੋ ਜਿਹੇ ਮੌਸਮਾਂ ਵਿੱਚ ਪਹਿਲਾਂ ਹੀ ਸੀਵਰੇਜ ਦਾ ਕੰਮ ਕਰਕੇ ਉਹਨਾਂ ਨੂੰ ਸਾਫ਼ ਕੀਤਾ ਜਾਵੇ ਤਾਂ ਕਿ ਜਿਹੜਾ ਬਾਰਿਸ਼ ਹੈ ਮੌਨਸੂਨ ਦਾ, ਆਪਾਂ ਨੂੰ ਪਤਾ ਵੀ ਮੌਨਸੂਨ ਦਾ ਟਾਈਮ ਹੋਇਆ ਹੋਇਆ, ਇਹ ਪਾਣੀ ਨਾਲ ਦੀ ਨਾਲ ਇਹਦਾ ਨਿਕਾਸੀ ਹੋਵੇ, ਪਾਣੀ ਨਿਕਲੇ ਔਰ ਥੋੜ੍ਹਾ ਮੋਟਾ ਸੁੱਖ ਦਾ ਸਾਹ ਆਵੇ। ਪਰ ਸੀਵਰੇਜ ਦਾ ਪਾਣੀ ਨਹੀਂ ਨਿਕਲ ਰਿਹਾ, ਬਾਰਿਸ਼ ਦਾ ਪਾਣੀ ਇਹ ਕਿੱਥੋਂ ਕੱਢ ਲੈਣਗੇ? ਪ੍ਰਸ਼ਾਸਨ ਬਿਲਕੁਲ ਫੇਲ ਹੈ। ਇਸ ਕਰਕੇ ਸਾਡੀ ਦੁਕਾਨਦਾਰਾਂ ਦੀ ਕੁਛ ਸੁਣਵਾਈ ਹੋਣੀ ਚਾਹੀਦੀ ਹੈ।